ਥੱਲੇ ਵੀ ਬ੍ਰਾਂਡ ਹੀ ਹੈ ਮਾਸ਼ਾਅੱਲਾ ਜੀ ਚੈੱਕ ਕਰੋ ਜੀ ਅੱਖ ਦੇਖੋ ਕਿਹੜੀ ਮੋਟੀ ਤੇ ਕੰਨ ਬਿਲਕੁਲ ਛੋਟੇ ਛੋਟੇ ਜਾਂ ਜੱਤ ਵਾਲੇ ਕੰਨ ਠੀਕ ਹੈ ਮਾਸ਼ਾਅੱਲਾ ਜੀ ਮਾਂ ਤੋਂ ਕੀਮਤੀ ਵੱਛੀ ਹੈ ਕਰਮ ਵਾਲੀ ਥੱਲੇ ਜ਼ਿੰਦਾਬਾਦ ਪਿੱਛੇ ਦੇ ਸੈਕਸ ਸਿਮਨ ਦੀ ਵੱਛੀ ਹੈ ਭਾਈ ਸ਼ਮਸ ਬੈਠ ਦਾ ਜਰਾ ਸਾਈਡ ਤੇ ਕਰੋ ਇਹ ਮਾਸ਼ਾਅੱਲਾ ਜੀ ਵੱਛੀ ਦਾ ਪ੍ਰਿੰਟ ਵੀ ਦੋਸਤਾਂ ਵੇਖ ਲੈਣਾ ਇੱਕ ਦਿਨ ਦੀ ਤਕਰੀਬਨ ਵੱਛੀ ਹੈ ਮਾਸ਼ਾਅੱਲਾ ਜੀ ਤੇ ਸੈਕਸ ਸਿਮਨ ਦੀ ਵੱਛੀ ਹੈ ਜਿਹੜੀ ਪਿੱਛੇ ਚੀਜ਼ ਹੈ ਦੋਸਤਾਂ ਉਹਦਾ ਮਾਸ਼ਾਅੱਲਾ ਜੀ ਜਰਾ ਵੀ ਚੈੱਕ ਕਰੋ ਭਾਈ ਸ਼ਮਸ ਹਲਕਾ ਜਿਹਾ ਚੱਕਰ ਲਵਾਇਆ ਅੱਖ ਵਹਾਇਆ ਭਰਾਵਾਂ ਨੂੰ ਮੱਥੇ ਖਿਲਾ ਰਿਹਾ ਜ਼ਰਾ ਮਾਸ਼ਾਅੱਲਾ ਜੀ ਹਾਲਸਟੇਨ ਫਰੀਜ਼ੀਅਨ ਤੇ ਕੋਈ ਜਰਸੀ ਕਰਾਸ ਹੈ ਮਾਸ਼ਾਅੱਲਾ ਜੀ ਪਹਿਲਨ ਵੈੜੇ ਚਾਰ ਦਾਂ ਦੇ ਰਾਦੀ ਸੋਈ ਹੈ ਭਾਈ ਸ਼ਮਸ ਸਾਹਿਬ ਕਰ ਲਈ ਭਾਈ ਫਰਾਜ਼ ਸਾਹਿਬ ਸੁਭਾ ਬਿਲਕੁਲ ਰਾਦੀ ਵੈੜੀ ਬਿਲਕੁਲ ਸਾਫ ਕੀਤੀ ਠੀਕ ਹੈ ਕੋਈ ਮਤਲਬ ਘੰਟੇ ਦਾ ਵੀ ਟਾਈਮ ਨਹੀਂ ਬੱਚੀ ਨੂੰ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਭਾਈ ਹਲਕੀ ਜੀ ਟੋਰ ਕੇ ਲਿਆਓ ਜੀ ਭਾਈ ਕਰਮ ਵਾਲੇ ਇਹ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਥਣ ਵੀ ਚੈੱਕ ਕਰਨੇ ਨੇ ਚੰਗਾ ਮੋਟਾ ਠੀਕ ਹੈ ਭਾਈ ਲਿਆਓ ਜੀ ਜੀ ਭਾਈ ਮੋਸਨ ਕੀ ਰੇਟ ਹੈ ਜੀ ਵੈਡ ਨੰਬਰ 1 ਦਾ ਭਾਈ ਫਰਾਜ਼ ਸਾਹਿਬ ਐ ਛੰਦ ਦੇ ਵਿੱਚ ਰੇਟ ਸ਼ੇਡ ਕੋ ਨਹੀਂ ਲਾਣੀ ਤੋਪੇ ਹੀ ਨਾ ਭਰਾਵਾਂ ਖੜਾ ਕੀ ਅੱਜ ਭਰਾਵਾਂ ਚੰਗੀ ਲੱਗੇ ਨਾ ਸਲਾਮੁ ਅਲੈਕੁਮ ਸਜਣੋ ਤੇ ਬੈਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਮੰਗਲ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮੂਰ ਬਾਇਤਮਾਦ ਤੇ ਮਾਸ਼ਾਅੱਲਾ ਜੀ ਸੱਚੇ ਤੇ ਖਰੇ ਵਪਾਰੀ ਚੌਧਰੀ ਮੋਹਸਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਭਾਈ ਮੋਹਸਨ ਸਾਹਿਬ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਕੇ ਦੋਸਤਾਂ ਵਾਸਤੇ ਪੰਜ ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਮੁਨਾਸਬ ਕੀਮਤ ਵਾਲੇ ਜਾਨਵਰ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ ਤਿੰਨ ਪਹਿਲਨ ਵੈੜਾਂ ਵੀ ਮੌਜੂਦ ਨੇ ਕਮ ਅਜ਼ ਕਮ ਕੀਮਤ ਹੈ ਜੀ 2 ਲੱਖ ਤੇ 15,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਸਾਰੇ ਦੋਸਤਾਂ ਕੇ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ ਭਾਈ ਮੋਹਸਨ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮ ਵਾਲੇਕੁਮ ਸਲਾਮ ਫਰਾਜ਼ ਭਾਈ ਕੀ ਹਾਲ ਹੈ ਠੀਕ ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਕਰਮ ਹੈ ਆ ਸਤਵਾਂ ਨੂੰ ਹੁੰਦਾ ਪਿਆ ਹਾਈਟ ਤੁਹਾਡੀ ਅੱਗੇ ਜ਼ਿਆਦਾ ਤੇ ਥਲੀਟਾਂ ਲੱਗੀਆਂ ਨੇ ਮੈਨੂੰ ਵੀ ਹੱਥ ਚੁੱਕਣਾ ਪੈਣਾ ਸੀ ਇਸ ਵਾਸਤੇ ਮੈਂ ਕਿਉਂ ਕੈਮਰਾ ਬੋਲੇ ਤੂੰ ਹੌਚਾ ਕਰ ਲਿਆ ਹੋਰ ਸਭ ਹੈਰੀਏ ਤੇ ਅੱਲਾਹ ਪਾਕ ਦਾ ਕਰਮ ਜੀ ਫਰਾਜ਼ ਭਾਈ ਮਾਸ਼ਾਅੱਲਾ ਜੀ ਦਿਨ ਤੇ ਸਾਡਾ ਬੁੱਧਾ ਲੇਕਿਨ ਕੱਲ ਕੋਈ ਮਸਰੂਫੀਅਤ ਸੀ ਤੇ ਅੱਜ ਮੰਗਲ ਵਾਲੇ ਦਿਨ ਜਨਾਬ ਦੀ ਵੀਡੀਓ ਬਣਾ ਰਹੇ ਆ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਿਫ ਨੇ ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਤਾਰਫ ਕਰਵਾ ਦਿਓ ਫਰਾਜ਼ ਸਾਹਿਬ ਡੇਰਾ ਚੌਰੀ ਮੋਹਸਨ ਸਾਹਿਬ ਦਾ ਪਿੰਡ ਕੁਬੇ ਚੱਕ ਤੁਸੀਂ ਰੋਜ਼ਿਲਾ ਸਿਆਲਕੋਟ ਪੰਜ ਪੀਰ ਦਰਬਾਰ ਸਰਕਾਰ ਦੇ ਨਾਲ ਹੀ ਡੇਰਾ ਆਪਣਾ ਪੰਜ ਪੀਰ ਦਰਬਾਰ ਕੁਬੇ ਚੱਕ ਖਾਸ ਮਸ਼ਹੂਰ ਹੁੰਦੇ ਰੋਡ ਤੇ ਜਾਣ ਵਾਲੇ ਬੱਜੇ ਹੁੰਦੇ ਜੀ ਜੀ ਲੇਕਿਨ ਪੰਜ ਪੀਰ ਦਰਬਾਰ ਬਿਲਕੁਲ ਨਾਲ ਹੀ ਸਾਡੇ ਡੇਰਾ ਮਸ਼ਹੂਰ ਹੈ ਮਾਸ਼ਾਅੱਲਾ ਜੀ ਨੰਬਰ ਸਕਰੀਨ ਤੇ ਆ ਰਹੇ ਨੇ ਫੋਲੋ ਕਰਮ ਦੇ ਨਾਲ ਤੇ ਖੜਾ ਕੀ ਅੱਜ ਵੀ ਅਲਹਮਦੁਲਿਲਾ ਭਾਈ ਫਰਾਜ਼ ਸਾਹਿਬ ਇਨਸ਼ਾਅੱਲਾ ਕਰਾਈਏ ਸ਼ੋਕ ਬਿਸਮਿਲਲਾ ਆਓ ਜੀ ਭਾਈ ਸ਼ਮਨ ਸਾਹਿਬ ਵੈਡ ਨੰਬਰ 1 ਲਿਆਓ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਵੇਖ ਲੈਣਾ ਜੀ ਭਾਈ ਮੋਹਸਨ ਸਾਹਿਬ ਕਿੰਨਵਾਂ ਸੁਆ ਸੁਈ ਹੈ ਜੀ ਫਰਾਜ਼ ਸਾਹਿਬ ਚੋਗੀ ਮੂੰਹ ਦੀ ਵੱਛੀ ਰਾਤ ਦੀ ਖਲਾ ਰ ਭਾਈ ਜਾਨ ਰਾਤ ਦੀ ਸੁਈ ਹੈ ਤੇ ਭਾਈ ਜ਼ਰਾ ਖਲਾਰ ਨਹੀਂ ਹੈ ਚਾਰ ਦੰਦੇ ਪਹਿਲਨ ਵੈੜ ਹੈ ਜਸਾਮਤ ਪਿਆਰੀ ਹੈ ਵੀ ਮੋਨੀ ਹੈ ਭਾਈ ਇਹਦਾ ਚਿਹਰਾ ਸਾਹਮਣੇ ਕਰਨਾ ਜੀ ਕੰਨ ਛੋਟੇ ਨੇ ਤੇ ਚਾਰ ਦੰਦੇ ਰਾਤ ਦੀ ਸੂਈ ਹੈ ਚਵਾਈ ਫਿਰ ਇੱਕ ਹੀ ਹੋਈ ਹੈ ਫਰਾਜ਼ ਸਾਹਿਬ ਇੱਕ ਚਵਾਈ ਹੋਈ ਜੀ ਬੰਦ 6 ਕਿਲੋ ਗੋਲੀ ਕੱਢੀ ਹੋਣੀ ਬੱਚੀ ਨੂੰ ਭਲਾ ਠੀਕ ਹੈ ਪਿੱਛੇ ਬੱਚੀ ਹੈ ਕਰਮ ਵਾਲੀਆਂ ਦੋ ਹੀ ਨੇ ਚੈੱਕ ਕਰਾ ਬੱਚੀ ਬਾਅਦ ਮਦਦ ਦਰਸ਼ਨ ਕਰਾਣਾ ਵਾ ਜੀ ਤਸੱਲੀ ਕਰਾ ਮੈਂ ਪੂਰੀ ਤਸੱਲੀ ਕਰਾਣਾ ਭਾਈ ਜ਼ਰਾ ਪਰਤਾ ਕੇ ਲਿਆਇਓ ਜੀ ਰਾਤ ਦੀ ਸੂਈ ਹੈ ਪਹਿਲੀ ਚਵਾਈ ਚ ਜਾਨ ਨੂੰ ਭਲਾ ਕੇ ਕੋਈ 6 ਕਿਲੋ ਗੋਲੀ ਕੱਢੀ ਹੈ ਮਾਸ਼ਾਅੱਲਾ ਜੀ ਚਾਰ ਦੰਦ ਪਹਿਲਨ ਵੈੜ ਹੈ ਲਿਬਾਸ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਕੀ ਨਸਲ ਹੈ ਭਾਈ ਜ਼ਰਾ ਹਲਕੀ ਜੀ ਟੋਰਨੀ ਭਾਈ ਸ਼ਮਸ ਹਾਲਸਟੇਨ ਫਰੀਜ਼ੀਅਨ ਤੇ ਕੋਈ ਜਰਸੀ ਕਰਾਸ ਹੈ ਮਾਸ਼ਾਅੱਲਾ ਜੀ ਸਭ ਮਾਂ ਦੇ ਜਿਹੜੀ ਹੈ ਇਹ ਇੱਥੇ ਲੈ ਜਾ ਨਗੀਨਾ ਦੇ ਬੈਠੀ ਨਾ ਮਾਸ਼ਾਅੱਲਾ ਠੀਕ ਹੈ ਥੱਲੇ ਵੀ ਬ੍ਰਾਂਡ ਹੀ ਹੈ ਆ ਵੇਖੋ ਇਹ ਮਾਸ਼ਾਅੱਲਾ ਜੀ ਚੈੱਕ ਕਰੋ ਜੀ ਅੱਖ ਦੇਖੋ ਕਿਹੜੀ ਕਿਹੜੀ ਮੋਟੀ ਤੇ ਕੰਨ ਬਿਲਕੁਲ ਛੋਟੇ ਛੋਟੇ ਜਾਂ ਜੱਤ ਵਾਲੇ ਕੰਨ ਠੀਕ ਹੈ ਮਾਸ਼ਾਅੱਲਾ ਜੀ ਮਾਂ ਤੋਂ ਕੀਮਤੀ ਵੱਛੀ ਹੈ ਕਰਮ ਵਾਲੀ ਥੱਲੇ ਜ਼ਿੰਦਾਬਾਦ ਪਿੱਛੇ ਦੇ ਸੈਕਸ ਸਿਮਨ ਦੀ ਵੱਛੀ ਹੈ ਭਾਈ ਸ਼ਮਸ ਬੈਠ ਦਾ ਜਰਾ ਸਾਈਡ ਤੇ ਕਰੋ ਇਹ ਮਾਸ਼ਾਅੱਲਾ ਜੀ ਵੱਛੀ ਦਾ ਪ੍ਰਿੰਟ ਵੀ ਦੋਸਤਾਂ ਵੇਖ ਲੈਣਾ ਇੱਕ ਦਿਨ ਦੀ ਤਕਰੀਬਨ ਵੱਛੀ ਹੈ ਮਾਸ਼ਾਅੱਲਾ ਜੀ ਤੇ ਸੈਕਸ ਸਿਮਨ ਦੀ ਵੱਛੀ ਹੈ ਜਿਹੜੀ ਪਿੱਛੇ ਚੀਜ਼ ਹੈ ਦੋਸਤਾਂ ਉਹਦਾ ਮਾਸ਼ਾਅੱਲਾ ਜੀ ਚਿਹਰਾ ਵੀ ਚੱਕ ਭਾਈ ਸ਼ਮਸ ਹਲਕਾ ਜਿਹਾ ਚੱਕਰ ਲਵਾਇਆ ਜੀ ਅੱਖ ਵਹਾਇਆ ਭਰਾਵਾਂ ਨੂੰ ਮੱਥੇ ਖਿਲਾ ਰਿਹਾ ਜ਼ਰਾ ਮਾਸ਼ਾਅੱਲਾ ਜੀ ਹਾਲਸਟੇਨ ਫਰੀਜ਼ੀਅਨ ਤੇ ਕੋਈ ਜਰਸੀ ਕਰਾਸ ਹੈ ਮਾਸ਼ਾਅੱਲਾ ਜੀ ਪਹਿਲਨ ਵੈੜੇ ਚਾਰ ਦੰਦ ਦੇ ਰਾਤ ਦੀ ਸੂਈ ਹੈ ਭਾਈ ਸ਼ਮਸ ਸਾਹਿਬ ਕਰ ਲਈ ਭਾਈ ਫਰਾਜ਼ ਸਾਹਿਬ ਸੁਭਾ ਬਿਲਕੁਲ ਰਾਤੀ ਵੈੜੀ ਬਿਲਕੁਲ ਸਾਫ ਕੀਤੀ ਠੀਕ ਹੈ ਕੋਈ ਮਤਲਬ ਘੰਟੇ ਦਾ ਵੀ ਟਾਈਮ ਨਹੀਂ ਬੱਚੀ ਨੂੰ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਭਾਈ ਹਲਕੀ ਜੀ ਟੋਰ ਕੇ ਲਿਆਓ ਜੀ ਇਹ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਥਣ ਵੀ ਚੈੱਕ ਕਰਨੇ ਨੇ ਚੰਗਾ ਮੋਟਾ ਠੀਕ ਹੈ ਭਾਈ ਲਿਆਓ ਜੀ ਜੀ ਭਾਈ ਮੋਸਨ ਕੀ ਰੇਟ ਹੈ ਜੀ ਵੈਡ ਨੰਬਰ 1 ਦਾ ਭਾਈ ਫਰਾਜ਼ ਸਾਹਿਬ ਐ ਛੰਦ ਦੇ ਵਿੱਚ ਰੇਟ ਸ਼ੇਡ ਕੋ ਨਹੀਂ ਲਾਣੀ ਤੋਪੇ ਹੀ ਨਾ ਭਰਾਵਾਂ ਖੜਾ ਕੀ ਅੱਜ ਭਰਾਵਾਂ ਚੰਗੀ ਲੱਗੇ ਨਾ 2,90,000 ਦੀ ਵੜੀ ਦੇ ਦਾਂਗੇ 2,90,000 ਜੀ ਬਿਹਤਰ ਹੋ ਗਿਆ ਮਾਸ਼ਾਅੱਲਾ 1 ਲੱਖ ਰੁਪਏ ਭਾਈ ਫਰਾਜ਼ ਸਾਹਿਬ ਠੀਕ ਹੈ ਦੋ ਹੀ ਨੇ ਕਰਮ ਵਾਲੀਆਂ ਪਿੱਛੇ ਵਛੀ ਕੀਮਤ ਡਿਮਾਂਡ 2,90,000 ਥਾਂ ਦੋਸਤਾਂ ਇੱਕ ਵਾਰੀ ਚੈੱਕ ਕਰ ਲੈਣੇ ਨੇ ਮਾਸ਼ਾਅੱਲਾ ਜਿਸ ਤਰ੍ਹਾਂ ਥਾਣੇ ਪੈਰਾਂ ਹੁੰਦੀ ਚੋਣ ਸੋਣੀਆਂ ਵਛੀ ਜੀ ਬਿਹਤਰ ਹੋ ਗਿਆ ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਰਵੇਲ ਕਾਫੀ ਲਾਮ ਦੋਸਤਾਂ ਚੈੱਕ ਕਰਨੀ ਹੈ ਕਾਲੇ ਥਾਂ ਲੱਗੇ
दूसरा जी कदों की सुई तीसरा दिन ने बोले तो भाई जरा परता के लिया अदर जरा लमीट हो रहे हो सुबह दूसरा वे बोले तो वे दिन तीसरा माशाल्लाह जी नंबर दो चेक कराने माशाल्लाह जी नंबर दो चेक कराने पे सुबह भी दूसरा वे ते काले थाने माशाल्लाह जी लाम काफी थानवी दोस्तों चेक करा दें की नस्ल है भाई मोहसिन दी जर्सी ते फ्रीजियन क्रॉस से फिलहाल जरा मौजूदा बोला वे दोवां टाइमां दा टोटल बच्चे समेत 8 किलो वे लाम काफी है भाई एदा चेहरा सामने करियो जी ਇਹ ਚੈੱਕ ਕਰੋ ਜੀ ਕੰਨ ਦੇ ਵੀ ਛੋਟੇ ਨੇ ਚਿਹਰੇ ਦੀ ਬਰੀਕੀ ਵੇਖਣੀ ਮਾਸ਼ਾਅੱਲਾ ਜੀ ਸਾਹਿਬ ਤੁਹਾਨੂੰ ਪਤਾ ਨਸਲ ਤੇ ਕਦੇ ਕੰਪਰੋਮਾਈਜ਼ ਨਹੀਂ ਕੀਤਾ ਬਿਲਕੁਲ ਹਾਂਜੀ ਗੱਲ ਹੈ ਕੁਆਲਿਟੀ ਤੇ ਨਸਲ ਤੇ ਮਿਆਰ ਤੇ ਕੰਪਰੋਮਾਈਜ਼ ਭਾਈ ਨਹੀਂ ਕਰਦੇ ਲਿਆਓ ਜੀ ਆ ਪਿੱਛੇ ਦੇ ਬੱਚਾ ਜੀ ਜੀ ਬੱਚਾ ਇਹ ਪਿੱਛੇ ਬੱਚਾ ਮਾਸ਼ਾਅੱਲਾ ਜੀ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ ਬੱਚਾ ਵੀ ਦੋਸਤਾਂ ਵੇਖ ਲੈਣਾ ਮੈਂ ਫਰਾਸ ਸਾਹਿਬ ਇਸ ਬੱਚੀ ਦੇ ਵਿੱਚ ਥੋੜਾ ਜਿਹਾ ਇੱਕ ਨਜ਼ਰ ਨਹੀਂ ਆਉਂਦੀ ਜੀ ਜੀ ਸਾਹਮਣੇ ਨਾ ਇਹ ਵਾਲਾ ਪਿਛਲਾ ਬੈਣੀ ਸਾਈਡ ਹਾਂਜੀ ਇੱਥੇ ਨਾਲ ਬੱਚੀ ਨਜ਼ਰ ਨਹੀਂ ਆਉਂਦੀ ਜੀ ਠੀਕ ਹੈ ਤੇ ਇੱਥੇ ਕਰਕੇ ਨਾ ਜੀ ਜੀ ਨਜ਼ਰ ਨਹੀਂ ਇਹ ਮੈਂ ਤੁਹਾਨੂੰ ਵਖਾਣਾ2,35,000 नसल की है भाई दी भाई इथे जरा लंबी करियो देखो चोलोस्तान थोड़ा बहुत क्रॉस है किदा दसया इथे चोलोस्तान फ्रीजियन ते कोई विच चोलोस्तानी क्रॉस है गर्मियां च गर्मी भी नहीं करे दी भाई फायदा बैठे दा किड्डा अनमोल है जड़ा दूध दे ओ भी फैट वाला होएदा 12 किलो बोले दी गारंटी है तीसरा दिन माशाल्लाह जी थानवी दोस्तां देख लेने ने नंबर 3 ते चेक कराने आ पे माशाल्लाह जी भाई फराज साहब अल्लाह दा हुक्म ना वाड़ी दूध 18 सिर तो घट नहीं दे सकदी ठीक है अल्लाह दे को भरा सामने के दूध 20 सिर तो चोएगा जिन्ने असली वाड़ी जी बेहतर हो गया सोना प्रेशर वाला पसमा आए सोनी चोने जा की पिछे दे बच्चा माशाल्लाह जी लिबास दोस्तों फिर वेख लेना माशाल्लाह जी थानवी चेक करने देखो थोड़ा टोरिया हस आ गया ले भाई हल्का जा टोरियो जरा भाई थोड़ा थाने चेक करया भ्रमण दा पिछले पास मैं चेक करना भाई स्लो ही टोरियो जरा आ माशाल्लाह जी लिबास दोस्तों फिर चेक करना थानवी दोस्तों वेख लेने ने सोने साहब तो 20 रुपए कमन दे भरा मननगे ठीक है लेकिन तुम्हें पता है कि सिर झूठ नहीं है जी बेहतर हो गया ला भाई जान पीछे दे बच्चा माशाल्लाह जी सुवा दूसरा 12 किलो बोले दी गारंटी है फिलहाल तीन दिन हो गोटा सुट के इंशाल्लाह साफ हो गए मजीद ज्यादा ही करना फ्रीजियन 20 किलो पक्का ठीक है ते चोलस्तानी क्रॉस केड़ा जाया था बच्चा गया पिछे दे बच्चा माशाल्लाह जी जा भी दोस्तों वेख लेना जी भाई मसन की रेट है जी बैड नंबर 3 दा 3.5-4 लाख रुपए आ गए लेकिन किसे भरा चंगी लगे 3,20,000 रुपए दी बड़ी दे 3,20,000 जी बेहतर हो गया नंबर 3 ते चेक कराइए कीमत डिमांड 3,20,000 अगे आ गई माशाल्लाह जी नंबर 4 ते आ गई है किनवा सोया भाई मसन दा रास्ता मौसम दे शिदर दे एहो जे बड़ियां 4-4 लाख दी असी बेचने होने आ ठीक है मौसम इस तरह दा होया ठंडा ज्यादा ठंड शंड दा मौसम है जरा कम ओहो जे नहीं है फिलहाल मौजूदा जिहड़ा बोला वे दोवां टाइमां दा टोटल 8-9 किलो वे सुवा दूसरा वे हाइट चंगी है लाम भी दोस्तां वेखनी माशाल्लाह जी की नस्ल है भाई मोहसिन दी फ्रीजियन ते चोलस्तानी क्रॉस है माशाल्लाह जी लिबास भी दोस्तों वेख लेना गाड़ी पसमी तां आया अगे बच्चा बन्ने आना ते पसम गई गाड़ी और बड़ी एक घंटे दा टाइम कोन ए जा वेदा जी जा की पीछे दे बच्चा जे मगर ए पीछे दे बच्चा माशाल्लाह जी जा भी दोस्तों वेख लेना जी भाई मोहसिन
ਕੀ ਰੇਟ ਹੈ ਜੀ ਵੈਟ ਨੰਬਰ ਚੱਲਦਾ ਚੰਗੀ ਲੱਗੇ 2,40,000 ਰੁਪਏ 2,40,000 ਜ਼ਬਰਦਸਤ ਬਿਲਕੁਲ ਪੈਕੇਜ ਦਾ ਰੇਟ ਲਾਇਆ ਮਾਸ਼ਾਅੱਲਾ ਜੀ ਚੀਜ਼ ਦੋਸਤਾਂ ਵੇਖਣੀ ਹੈ ਤੇ ਰੇਟ ਚੈੱਕ ਕਰਨਾ ਕਾਦਾਵਰ ਮਾਸ਼ਾਅੱਲਾ ਜੀ ਹੈ ਵੀ ਅਸਲੀ ਤੇ ਨਸਲੀ ਹੈ ਨਸਲ ਵੀ ਚੰਗੀ ਹੈ ਭਾਈ ਫਰਾਸ ਸਾਹਿਬ ਸੀਲ ਸਾਹਿਬ ਉਹਦੇ ਚੋਣਵਾੜੀ ਦੀ ਇੰਜਨ ਨਾ ਕਿ ਤੁਸੀਂ ਇੱਥੇ ਚੋਕ ਤੇ ਬੋਰ ਵਾਲੀ ਵਾਸ ਜਾਏਗੀ ਤਾਰ ਜੀ ਬਿਹਤਰ ਹੋ ਗਿਆ ਭਾਈ ਲੈ ਆਵੋ ਜੀ ਫਰੀਜ਼ੀਅਨ ਤੇ ਚੁਲਸਤਾਨੀ ਦੱਸੀ ਹੈ ਵੀ ਜੀ ਠੀਕ ਹੈ ਮਾਸ਼ਾਅੱਲਾ ਜੀ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਮਾਸ਼ਾਅੱਲਾ ਜੀ ਨੰਬਰ 4 ਤੇ ਚੈੱਕ ਕਰਾਈਏ ਤੇ ਕੀਮਤ ਡਿਮਾਂਡ 2,40,000 ਅੱਗੇ ਭਾਈ ਲਿਆਓ ਜੀ ਨੰਬਰ 5 ਵਾਲੀ ਅਗਲੀ ਖੋਲ ਲੈ ਜੇ ਬੰਨ ਬੰਨਵਾੜੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਆ ਗਈ ਹੈ ਜੀ ਭਾਈ ਫਾਸ ਦਾ ਵੜੇ ਦਾ ਕੱਦ ਬਸ ਚੈੱਕ ਕਰਾਂ ਜੇ ਭਰਾਵਾਂ ਜਿੰਨੀਆਂ ਮੌਜੂਦ ਨੇ ਸਭ ਤੋਂ ਜ਼ਿਆਦਾ ਹਾਈਟ ਦੀ ਹੋਈ ਹੈ ਨੰਬਰ 4 ਵਾਲੀ ਦੀ ਹਾਈਟ ਚੰਗੀ ਲੇਕਿਨ ਇਹਦੀ ਉਹਦੇ ਤੋਂ ਵੀ ਜ਼ਿਆਦਾ ਹੈ ਹਾਂ ਸਮੇਂ ਦਾ ਕੱਦ ਦੇਖੋ ਕਿੱਡਾ ਜਾਂਦਾ ਹੈ ਸਮੇਂ ਤੋਂ ਵੀ ਉੱਚੀ ਹੈ ਖਿਲਾਰ ਹੈ ਮਾਸ਼ਾਅੱਲਾ ਜੀ ਹਾਈਟ ਵੀ ਚੰਗੀ ਹੈ ਤੇ ਰਵੇਲ ਵੀ ਕਾਫੀ ਹੈ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ 5 ਤੇ ਚੰਗੀ ਕਾਦਾਵਰ ਹੈ ਕੰਨ ਛੋਟੇ ਨੇ ਭਾਈ ਇਹਦਾ ਚਿਹਰਾ ਸਾਹਮਣੇ ਕਰਿਓ ਜੀ ਕਿਨਵਾ ਸੁਆ ਹੈ ਭਾਈ ਮਸਨ ਦਾ ਪਹਿਲਣ ਬੱਚੀ ਸੁਈ ਜੇ ਕੰਨ ਪਹਿਲਣ ਵੈੜ ਕੰਨੀਆਂ ਦੇ ਕੱਢਣ ਲੱਗੀ ਹੈ ਜੀ ਕੰਨੀਆਂ ਦੇ ਦੰਦ ਕੱਢਣ ਲੱਗੀ ਹੈ ਤੇ ਪਹਿਲਵਾਨ ਪਹਿਲਣ ਨੇ ਚੰਗੀ ਕਾਦਾਵਰ ਮਾਸ਼ਾਅੱਲਾ ਜੀ ਸਾਰੀਆਂ ਪਹਿਲਣ ਵੈੜਾਂ ਨੂੰ ਇਹੋ ਜੀ ਹਾਈਟ ਨਹੀਂ ਲੱਗੀ ਹੁੰਦੀ ਮਾਸ਼ਾਅੱਲਾ ਜੀ ਇਜਾਤ ਬਗੈਰ ਲੱਗਦਾ ਇਹਨੇ ਨਹੀਂ ਟੁਰਨਾ ਇਹ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਵੇ ਤੇ ਕਿਦਨ ਦੀ ਸੂਈ ਹੈ ਭਾਈ ਮਸਨ ਹੈ ਵੀ 25 ਦਿਨ ਹੋ ਗਏ ਨੇ ਕੰਨੀਆਂ ਦੇ ਦੰਦ ਕੱਢਣ ਲੱਗੀ ਮਾਸ਼ਾਅੱਲਾ ਜੀ ਸੁਆ ਪਹਿਲਾ ਵੇ ਨੰਬਰ 5 ਤੇ ਚੈੱਕ ਕਰਨਾ ਪਿਆ ਇੱਕ ਥਾਂ ਦਾ ਇਸ਼ੂ ਭਾਈ ਮਸਨ ਦਾ ਦੱਸਣਿਆ ਭਾਈ ਜਾਗਰ ਠੀਕ ਹੈ ਦੁੱਧ ਕਿੰਨਾ ਕਿਹਦੇ ਕੋਲ ਭਾਈ ਦੁੱਧ ਤਕਰੀਬਨ 800 ਕਿਲੋ ਹੈ ਦੋਵਾਂ ਟਾਈਮਾਂ ਦਾ ਟੋਟਲ ਜਿਹੜਾ ਦੁੱਧ ਹੈ 8 ਤੋਂ 9 ਕਿਲੋ ਮਾਸ਼ਾਅੱਲਾ ਖਲਾਰ ਭਾਈ ਇਹਦਾ ਚਿਹਰਾ ਚੈੱਕ ਕਰਾਓ ਮਾਸ਼ਾਅੱਲਾ ਜੀ ਲੈ ਹਸਾ ਜੀ ਘੁਮਾ ਕੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਪਿਆਜ਼ ਰਾਤੀ ਖਾਣ ਲੱਗ ਪਿਓ ਨਾ ਸੰਦੇ ਵਿੱਚ ਉਸਤਾਦ ਹੀ ਕਾਰੀਗਰ ਆਦਮੀ ਨੇ ਦੂਸਰਿਆਂ ਨੂੰ ਕਹਿੰਦੇ ਨੇ ਕਿ ਪਿਆਜ਼ ਦੁਪਹਿਰੀ ਖਾਣੇ ਨਾ ਫਿਰ ਅੱਜ ਗੱਲ ਲੱਭ ਨਸਲ ਕੀ ਦਸੀ ਭਾਈ ਇਹਦੀ ਸਭ ਫ੍ਰੀਜ਼ੀਅਨ ਵੈੜੀ ਫ੍ਰੀਜ਼ੀਅਨ ਠੀਕ ਹੈ ਕੰਨ ਛੋਟੇ ਨੇ ਕੋਲ ਜਾਂ ਮੈਂ ਕਰਾਸ ਪਿਆ ਮਿਕਸ ਕਰੇ ਦਾ ਫਾਇਦਾ ਕੋਈ ਨਹੀਂ ਭਾਈ ਫਰਾਸ ਜੀ ਠੀਕ ਹੈ ਮਾਸ਼ਾਅੱਲਾ ਵੜੀ ਦਾ ਹੈ ਜਿਹੜੀ ਨਸਲ ਸ਼ਕਲ ਵੜੀ ਦਾ ਮੱਥਾ ਅੱਖ ਭਰਾਉਣ ਜਾ ਕੀ ਪਿੱਛੇ ਦੇ ਪਿੱਛੇ ਬੱਚਾ ਜੇ ਅਲਗਾ ਦੇ ਭਾਈ ਇਧਰ ਨੂੰ ਟੋਰੇ ਜੀ ਸਾਸਤਾ ਟੋਰੀ ਜਰਾ ਸਲੋ ਟੋਰੇ ਜਰਾ ਦੋਸਤ ਨੂੰ ਮੁਕੰਮਲ ਤਸੱਲੀ ਕਰਾਓ ਮਾਸ਼ਾਅੱਲਾ ਜੀ ਸਾਡਾ ਮਗਲੇ ਪਾਸੇ ਆਵਾਂ ਪਿਛਲੇ ਪਾਸੇ ਆਵਾਂ ਬੱਚੀ ਦੇ ਆ ਚੈੱਕ ਕਰੋ ਮਾਸ਼ਾਅੱਲਾ ਜੀ ਲੋ ਜੀ ਦੋਸਤੋ ਦੁੱਧ 8-9 ਕਿਲੋ ਜੀ ਠੀਕ ਹੈ ਮਾਸ਼ਾਅੱਲਾ ਜੀ ਲਿਆਓ ਭਾਈ ਜਾਤ ਲਿਆਓ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਵੇਖ ਲੈਣਾ ਮੈਂ ਠੀਕ ਹੈ ਜੀ ਭਾਈ ਮਸਨ ਸਭ ਜ਼ਿਆਦਾ ਪਿਛਲਾ ਥਾਂ ਨੇ ਨਾ ਜੀ ਇਹ ਥਾਂ ਥੋੜਾ ਜਿਹਾ ਮੇਰੇ ਕੋਲ ਹੀ ਵੜੀ ਸੋਈ ਅੱਛਾ ਤੇ ਉਸ ਤਰ੍ਹਾਂ ਦੀ ਕੇਰ ਨਹੀਂ ਵੜੀ ਥੋੜਾ ਜਿਹਾ ਸੋਜਾ ਪਿਆ ਗਿਆ ਸੀ ਗਿਲਟਾ ਜਿਹਾ ਬਣ ਗਿਆ ਸੀ ਅੱਛਾ ਬਿਲਕੁਲ ਖਤਮ ਹੋ ਗਿਆ ਠੀਕ ਹੈ ਥਾਂ ਦੇ ਵਿੱਚ ਕੋਈ ਗੰਢ ਨਾੜ ਮਰੋੜੀ ਕਿਸੇ ਕਿਸਮ ਦਾ ਫਾਲਟ ਹੋਏ ਮੈਂ ਜ਼ਿੰਮੇਦਾਰ ਹਾਂ ਤਾਰ ਆਉਂਦੀ ਹੈ ਭਈ ਪਸਮ ਦਾ ਵੀ ਹੈ ਤਾਰਾਂ ਤਕਰੀਬਨ 5-7 ਇੱਕ ਟਾਈਮ ਦੇ ਜਾਂਦੀ ਠੀਕ ਹੈ ਜ਼ਰਾ ਸਿੱਧੀ ਕਰਿਓ ਥਾਂ ਪਸਮ ਦਾ ਵੀ ਹੈ ਅੱਛਾ ਲੇਕਿਨ ਹੱਥੀ ਲੜ ਕਰਕੇ ਦੇਣੀ ਠੀਕ ਤਾਰਾਂ ਵੈਸੇ ਉਸ ਥਾਂ ਚੋਂ 5-7 ਹੁੰਦੀਆਂ ਨੇ ਸੁੰਬ ਵੀ ਸਹੀ ਹੈ ਥਾਂ ਦੇ ਵਿੱਚ ਕੋਈ ਡਿਫੈਕਟ ਨਹੀਂ ਹੈ ਥਾਂ ਪਸਮ ਦਾ ਵੀ ਹੈ ਅੱਛਾ ਕਿਉਂਕਿ ਕੋ ਬੰਦਾ ਇਲਾਜ ਕਰਨ ਵਾਲਾ ਫਰਾਸ ਸਾਹਿਬ ਹੋਇਆ ਇਲਾਜ ਵੀ ਕਰ ਸਕਦਾ ਹੁਣ ਤੁਹਾਡੇ ਕੋਲ ਬੰਦਾ ਜਿਹੜਾ ਇਹਦਾ ਕੰਮ ਇਹਨਾਂ ਟਾਈਮ ਨਹੀਂ ਦਿੱਤਾ ਜਾਂਦਾ ਜਾਨਵਰ ਬਿਲਕੁਲ ਹਾਂਜੀ ਗੱਲ ਹੈ ਕੀ ਕੀਮਤ ਹੈ ਭਾਈ ਮਸਲ ਮਤਲਬ ਖੰਗੜਵਾੜੀ ਮੈਂ ਪਿਛਲੇ ਦਫਾ ਵੇਚੀ ਸੀ 2,70,000 ਰੁਪਏ ਤੁਹਾਨੂੰ ਦੇਖੀ ਵੀਡੀਓ ਦੇ ਵਿੱਚ ਇਹ ਖੰਗੜ ਦਾ ਮੁੱਲ ਲਾਣ ਲਗਾ ਵਾ ਅਜੇ ਵੜੀ ਤਕਰੀਬਨ 20-25 ਦਿਨ ਸੂਈ ਨੂੰ ਹੋਇਆ ਜੀ ਜੀ 100 ਵੇਜਾ 100% ਚੱਲਣਾ ਇਨਸ਼ਾਅੱਲਾ ਬਰਾਬਰ ਹੋ ਜਾਏਗਾ ਤੇ ਕਿਸੇ ਭਰਾ ਨੂੰ ਚੰਗੀ ਲੱਗੇ 2,15,000 ਦੀ ਵੜੀ ਦੇ ਰਾਂਗੇ ਪੈਕੇਜ ਹੀ ਹੈ ਪੈਕੇਜ ਖਾਂਗਰ ਦਾ ਰੇਟ ਹੈ ਫੁੱਲ ਐਂਡ ਫਾਈਨਲ ਖਾਂਗਰ ਤੇ ਭਾਈ ਫਾਸਾ ਵੱਡੀ ਬੱਚੀ ਆਵ ਲੈਣ ਜਾਓ ਨਾ ਉਹ 1.5 ਲੱਖ ਦੀ ਲੱਭਦੀ 2,00,000 ਤੇ 15,000 ਅਗਰ ਬੱਚਾ ਹੈ 20-25 ਦਿਨ ਦੀ ਸੂਈ ਜੀ ਫੁੱਲ ਐਂਡ ਫਾਈਨਲ 2,00,000 ਤੇ 15,000 ਤੇ ਸਭ ਨੂੰ ਚੰਗੀ ਲੱਗੇ ਜੀ ਬਿਹਤਰ ਹੋ ਗਿਆ ਜੀ ਮਜ਼ੀਦ ਕੋ ਦੋਸਤਾਂ ਵਾਸਤੇ ਪੇਗਾ ਸਭ ਸਾਰੇ ਭਰਾ ਦੋ ਮੁਝੇ ਯਾਦ ਰੱਖਣ ਜੋ ਕੁਝ ਦਿਲ ਦੇ ਜ਼ਿਹਨ ਚ ਹੈ ਸਭ ਨੂੰ ਦੱਸ ਦਿੱਤਾ ਬਸ ਛੋਟੀ ਜੀ ਗੱਲ ਦੱਸਣਾ ਕਿ ਅਕਸਰ ਲੋਕ ਮੈਂ ਕਮੈਂਟ ਪੜਨਾ ਹੱਡ ਦੇ ਲਾਸ਼ ਹੋਇਆ ਤਾਂ ਕਿਸੇ ਕਮੈਂਟ ਬੁਰਾ ਕੀਤਾ ਨਹੀਂ ਹੈ ਜੀ ਜੀ ਮੈਂ ਤੁਹਾਡੇ ਕੋਈ ਕਮੈਂਟ ਡਿਲੀਟ ਕਰਵਾਇਆ ਅਗਰ ਡਿਲੀਟ ਕਰਵਾ ਕਿਸੇ ਕੀ ਬਿਲਕੁਲ ਹਾਂਜੀ ਗੱਲ ਕਿਉਂਕਿ ਕਹੀ ਕਿਸੇ ਦਾ ਗਲਤ ਕੀਤਾ ਹੀ ਨਹੀਂ ਹੈ ਲੇਕਿਨ ਮੈਂ ਫਰਾਸ ਸਾਹਿਬ ਅਗਰ ਇੱਕ ਬੰਦਾ ਮੈਂ ਆਈ ਮਿਸਾਲ ਤੌਰ ਤੇ ਤੁਹਾਨੂੰ ਕਹਾਂ ਬਾਟਾ ਕਿਆ ਜੁੱਤੀ ਮੈਂ ਲੈ ਕੇ ਆਇਆ ਬਾਟਾ ਤੂੰ ਇਹ ਲੱਭ ਗਈ 700 ਰੁਪਏ ਦੀ ਜਾਂ ਮੈਂ ਝੂਠ ਬੋਲਣਾ ਪਿਆ ਜਾਂ ਜੁੱਤੀ ਬਾਟਾ ਦੇਣੀ ਹੈ ਯਾ ਕੰਡਾ ਮੈਂ ਯਾ ਤੂੰ ਬਾਟਾ ਜੇ ਨਹੀਂ ਤੇ ਯਾਰ ਕੀਮਤ ਝੂਠ ਹੈ ਉਹਨੇ ਇੱਕ ਬੰਦਾ ਕਹਿ ਰਿਹਾ ਯਾਰ ਇਹ ਚੀਜ਼ ਮੈਨੂੰ ਚੰਗੀ ਵੀ ਲੱਭ ਜੇ ਲੱਭ ਵੀ ਮੈਨੂੰ ਫਸ ਜਾਏ ਮੈਂ ਫਰਾਸਾ ਬਹੁਤ ਝੂਠ ਹੈ ਹਰ ਬੰਦਾ ਸਿਆਣਾ ਜਿਹਨੇ ਬੱਚੀਆਂ ਲੈ ਕੇ ਪਾਲੇ ਇਹਨੂੰ ਪਤਾ ਕਿ ਮੇਰਾ ਜਾਣਾ 3 ਲੱਖ ਦਾ ਤਿਆਰ ਹੋਣਾ ਉਹ ਇੱਕ ਚੀਜ਼ 1.5 ਲੱਖ ਦੀ ਲੈ ਗਿਆ ਕੰਜੀ ਆ ਜਰਸੀ 1.5 ਲੱਖ ਦੀ ਆ ਗਈ ਜਾਂ 2 ਲੱਖ ਦੀ ਆ ਕਿੱਥੋਂ ਮੈਂ ਫਰਾਸਾ ਬਲਾ ਨਹੀਂ ਹੁੰਦੀ ਭਰਾ ਵੀ ਹੋ ਜਾਂਦਾ ਅਦਾ ਲਾਣ ਕਰਨ ਕਿ ਸਸਤਾ ਚੀਜ਼ ਵੇਖ ਕੇ ਧੋਖਾ ਨਾ ਖਾਣ ਅਕਸਰ ਭਾਈ ਫਰਾਸਾ ਵਸੀ ਕਮੈਂਟ ਪੜਨੇ ਆ ਲੋਕ ਦਿਲ ਵੀ ਦੁਖਦਾ ਯਾਰ ਲੋਕਾਂ ਦਾ ਜ਼ਿਆਤੀ ਹੁੰਦੀ ਜੀ ਜੀ ਕੋਸ਼ਿਸ਼ ਕਰਨੀ ਤੇ ਭਾਈ ਫਰਾਸਾ ਕੰਮ ਸਾਫ ਸੁਥਰਾ ਕਰੋ ਜੋ ਨਸੀਬਾਂ ਦੇ ਵਿੱਚ ਹੈ ਉਹ ਧੱਕੇ ਨਾਲ ਲੱਭਣੇ ਲੱਭਣਾ ਘਾਟਾ ਧੱਕੇ ਨਾਲ ਪੈਣਾ ਹੁਣ ਘਾਟਾ ਸੀ ਨਾ ਧੱਕੇ ਨਾਲ ਪੈ ਗਿਆ ਨਫਾ ਵੀ ਧੱਕੇ ਨਾਲ ਤੇ ਨਸੀਬਾਂ ਦੇ ਵਿੱਚ ਆ ਜਾਂਦਾ ਤੇ ਬਸ ਐਸਾ ਭਾਵਾਂਗੇ ਰਿਕੁਐਸਟ ਇੱਕ ਕੰਮ ਸਾਫ ਸੁਥਰਾ ਕਰੋ ਸਾਰੇ ਗਾਹਕ ਅੱਗੇ ਵੀ ਇਹ ਰਿਕੁਐਸਟ ਇੱਕ ਚਸਕੇਬਾਜ਼ੀ ਤੋਂ ਬਾਜ਼ ਆਇਆ ਕਰੋ ਯਾਰ ਵੇਖ ਤੋਂ ਕਿ ਆਪਣਾ ਮਾਲ ਲਵੋ ਸਾਰੇ ਭਾਦਵਾ ਪ੍ਰਾਦਵਾ ਮੱਝ ਯਾਦ ਰੱਖਣਾ ਅੱਲਾ ਅੱਲਾ ਤੇ ਹਰ ਸਾਹਿਬ ਜੀ ਭਾਈ ਮਸ